ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਠਾਕੁਰ ਅਮਨਦੀਪ ਸਿੰਘ ਸਵਾਗਤ ਕਰਦਾ ਹਾਂ। ਅੱਜ ਤੋਂ ਕਰੀਬ 35 ਸਾਲ ਪਹਿਲਾਂ ਸਾਕਾ ਨੀਲਾ ਤਾਰਾ ਹੋਇਆ, ਪਰ ਸਵਾਲ ਅੱਜ ਵੀ ਦਿਲਾਂ ਦੇ ਵਿੱਚ ਉੱਠਦਾ ਹੈ ਕਿ ਆਖਰ ਸਾਕਾ ਨੀਲਾ ਤਾਰਾ ਹੋਇਆ ਕਿਉਂ, ਵਜ੍ਹਾ ਕੀ ਸੀ। ਕਿਹਾ ਇਹ ਵੀ ਜਾਂਦਾ ਰਿਹਾ ਜਦੋਂ ਸਾਕਾ ਨੀਲਾ ਤਾਰਾ ਹੋਇਆ ਉਸ ਤੋਂ ਬਾਅਦ ਕਈ ਸਾਲ ਇਹ ਕਿਹਾ ਜਾਂਦਾ ਰਿਹਾ ਕਿ ਸੰਤ ਭਿੰਡਰਾਂ ਵਾਲੇ ਜ਼ਿੰਦਾ ਨੇ, ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰ ਵਾਲੇ ਵੀ ਇਹ ਗੱਲ ਮੰਨਦੇ ਰਹੇ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਜੋ ਕਿ ਉਸ ਸਮੇਂ ਦੌਰਾਨ ਯਾਨੀ ਕਿ 35 ਸਾਲ ਪਹਿਲਾਂ ਅੰਮ੍ਰਿਤਸਰ ਤੋਂ UNI ਲਈ ਰਿਪੋਰਟਿੰਗ ਕਰਦੇ ਸਨ। ਅੰਮ੍ਰਿਤਸਰ ਵਿੱਚ ਉਹਨਾਂ ਦਿਨਾਂ ਵਿੱਚ ਕੀ ਵਾਪਰਿਆ, ਖਾਸ ਕਰ ਅੱਜ ਦੇ ਦਿਨ ਕੀ ਮਾਹੌਲ ਸੀ, ਗੱਲਬਾਤ ਕਰਾਂਗੇ। ਸਰ, ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ। ਧੰਨਵਾਦ ਸਰ। ਅੱਜ ਦਾ ਦਿਨ, ਕਿਉਂਕਿ ਤੁਸੀਂ ਉਦੋਂ ਉੱਥੇ ਮੌਜੂਦ ਸੀ, ਫੀਲਡ ਵਿੱਚ ਰਿਪੋਰਟਿੰਗ ਕਰ ਰਹੇ ਸੀ, ਅੱਜ ਦੇ ਦਿਨ ਅੰਮ੍ਰਿਤਸਰ ਦਾ, ਸ਼ਹਿਰ ਦਾ, ਖਾਸ ਕਰਕੇ ਦਰਬਾਰ ਸਾਹਿਬ ਦਾ ਕੀ ਮਾਹੌਲ ਸੀ, ਕੀ ਹਾਲ ਸੀ? ਅੱਜ ਦੇ ਦਿਨ ਇੱਕ ਤਾਂ ਗਰਮੀ ਜਿਸ ਤਰੀਕੇ ਦੀ ਅੱਜ ਕੱਲ੍ਹ ਹੈ, ਬਹੁਤ ਜ਼ਿਆਦਾ ਗਰਮੀ ਹੈ, 40 ਤੋਂ ਉੱਪਰ ਟੈਂਪਰੇਚਰ ਸੈਂਟੀਗ੍ਰੇਡ ਟੱਪਿਆ ਹੋਇਆ, ਉਦੋਂ ਹੀ ਬਹੁਤ ਜ਼ਿਆਦਾ ਗਰਮੀ ਸੀ। ਗਰਮੀ ਦੇ ਮਾਹੌਲ ਦੇ ਵਿੱਚ ਇਸ ਕਿਸਮ ਦਾ ਸੀ, ਇੱਕ ਸਿਆਸਤ ਬਹੁਤ ਗਰਮ ਹੋਈ ਵੀ ਸੀ, ਇੱਕ ਆਪਸ ਵਿੱਚ ਦੀ ਇਹ ਸੀ, ਡਰ ਦਾ ਮਾਹੌਲ ਬਣਿਆ ਹੋਇਆ ਸੀ ਕਦੋਂ ਵੀ ਹੋ ਜੇ। ਅੱਜ ਦੇ ਦਿਨ ਤਾਂ ਇਹ ਸੀਗਾ ਵੀ ਫੌਜ ਹੁਣ ਵੀ ਹਮਲਾ ਕਰ ਸਕਦੀ ਹੈ, ਕਦੋਂ ਵੀ, ਸ਼ਾਮ ਨੂੰ ਵੀ, ਸਵੇਰੇ ਵੀ, ਕਿਉਂਕਿ ਫੌਜ ਆ ਗਈ ਸੀ ਅੰਮ੍ਰਿਤਸਰ ਦੇ ਆਲੇ ਦੁਆਲੇ ਅੱਜ ਦੀ ਤਰੀਕ ਦੇ ਦਿਨ। ਅਤੇ ਅੰਮ੍ਰਿਤਸਰ ਦੇ ਆ ਕੇ ਉਹਨੇ ਆਪਦੀਆਂ ਜਿਹੜੀਆਂ ਕੇਬਲ ਵਿਛਾਉਂਦੇ ਹੁੰਦੇ ਉਹ ਵਿਛਾ ਲਈਆਂ ਸੀ, ਆਲੇ ਦੁਆਲੇ ਪਤਾ ਲੱਗ ਗਿਆ ਸੀ ਸਾਰਾ, ਲੋਕਾਂ ਨੂੰ ਵੀ ਆ ਗਿਆ ਸੀ ਅਤੇ ਅੰਦਰ ਵਾਲਿਆਂ ਨੂੰ ਵੀ ਪਤਾ ਸੀ ਵੀ ਹਮਲਾ ਹੋਣ ਵਾਲਾ। ਉਸ ਵੇਲੇ ਇਹ ਸੀਗਾ ਵੀ ਹਮਲੇ ਤੋਂ ਬਗੈਰ ਹੁਣ ਵਿਚਾਲੇ ਕੋਈ ਸਮਝੌਤੇ ਦੀ ਗੱਲ ਰਹਿ ਨਹੀਂ ਗਈ, ਅਤੇ ਹਮਲੇ ਦੇ ਵਿੱਚ ਕੀ ਹੁੰਦਾ, ਕਿਵੇਂ ਹੁੰਦਾ, ਇਹ ਗੱਲ ਸਾਰੀ ਗੁਪਤ ਰੱਖੀ ਵੀ ਸੀ ਅਤੇ ਕਿਸੇ ਨੂੰ ਪਤਾ ਨਹੀਂ ਸੀ, ਪਰ ਇਹ ਜ਼ਰੂਰ ਸੀ ਵੀ ਹੁਣ ਕਰਫੂ ਲੱਗ ਗਿਆ, ਅੱਜ ਦੇ ਦਿਨ ਕਰਫੂ ਲੱਗ ਗਿਆ ਸੀ, ਅਤੇ ਵੀ ਕਰਫੂ ਲੱਗ ਗਿਆ ਅਤੇ ਹੁਣ ਇਹ ਨਹੀਂ ਪਤਾ ਲੱਗਣਾ ਵੀ ਇਹ ਕੀ ਹੋ ਰਿਹਾ। ਅੱਜ ਦੇ ਦਿਨ ਤਾਂ ਤਕਰੀਬਨ ਸਾਰੇ ਪੰਜਾਬ 'ਚ ਕਰਫੂ ਲਾਤਾ ਸੀ ਅੱਜ ਦੇ ਦਿਨ ਤਾਂ, ਅਤੇ ਫਿਰ ਉੱਥੇ ਸ਼ਹਿਰ 'ਚ ਵੀ ਕਰਫੂ ਲੱਗ ਗਿਆ ਸੀ। ਅਸੀਂ ਜਿਹੜੇ ਪ੍ਰੈਸ ਵਾਲੇ ਸੀ, ਅਖਬਾਰਾਂ ਵਾਲੇ, ਅਤੇ ਸਾਡੇ ਸਾਰੇ ਕਨੈਕਸ਼ਨ ਟੈਲੀਫੋਨਾਂ ਦੇ ਅਤੇ ਸਾਡੀਆਂ ਟੈਲੀਪ੍ਰਿੰਟਰ ਲਾਈਨਾਂ ਦੇ ਕਨੈਕਸ਼ਨ ਤੋੜ ਦਿੱਤੇ ਗਏ ਸੀ, ਕੱਟ ਦਿੱਤੇ ਗਏ ਸੀ। ਸਰ, ਤੁਸੀਂ ਆਖਰੀ ਵਾਰ ਹਰਿਮੰਦਰ ਸਾਹਿਬ ਵਿਖੇ ਕਦੋਂ ਗਏ ਸੀ, ਅੰਦਰ ਕਦੋਂ ਤੁਸੀਂ ਗਏ ਸੀ ਆਖਰੀ ਵਾਰ? ਅਸੀਂ ਆਖਰੀ 3 ਜੂਨ ਨੂੰ ਗਏ ਸੀਗੇ। 3 ਜੂਨ ਨੂੰ ਅਸੀਂ 4-5 ਪੱਤਰਕਾਰ ਸੀਗੇ ਸਾਰੇ ਇਕੱਠੇ, ਉਹਦੇ ਵਿੱਚ ਟ੍ਰਿਬਿਊਨ ਵਾਲਾ ਸੀ, PTI ਤੋਂ ਸੀ ਅਤੇ ਹੋਰ ਲੋਕਲ ਅਖਬਾਰਾਂ ਦੇ ਸੀ, ਅਸੀਂ 5 ਜਾਣੇ ਗਏ ਸੀਗੇ ਉੱਥੇ ਅੰਦਰ। ਅਸੀਂ ਸਾਰਿਆਂ ਨੂੰ ਅੰਦਰੋਂ ਮਿਲ ਕੇ ਆਏ, ਉਹ ਸਾਡੀ ਲਾਸਟ ਪ੍ਰੈਸ ਦੀ ਮੀਟਿੰਗ ਸੀ। ਕਿਹਾ ਜਾਂਦਾ ਕਿ ਉਦੋਂ ਪਿੱਛੋਂ ਦਿੱਲੀ ਤੋਂ ਵੀ ਇੱਕ ਟਾਈਮਸ ਆਫ ਇੰਡੀਆ ਦਾ ਪੱਤਰਕਾਰ ਮਿਲਿਆ, ਅਤੇ ਇਹ ਅਸੀਂ ਕੁਛ ਕਹਿ ਨਹੀਂ ਸਕਦੇ ਵੀ ਉਹ ਮਿਲਿਆ ਜਾਂ ਨਹੀਂ ਮਿਲਿਆ, ਪਰ ਉਦੋਂ ਪਿੱਛੋਂ ਹੋਰ ਕੋਈ ਪੱਤਰਕਾਰ ਨਹੀਂ ਮਿਲਿਆ ਸਾਥੋਂ ਮਗਰੋਂ। ਅਸੀਂ ਫਿਰ ਦੋ ਉੱਥੇ ਕੈਂਪ ਬਣ ਗਏ ਸੀ, ਸੰਤ ਭਿੰਡਰਾਂ ਵਾਲਾ ਦਾ ਕੈਂਪ, ਉਹ ਅਕਾਲ ਤਖ਼ਤ ਦੇ ਉੱਤੇ ਉਹਨੇ ਆਪਦੇ ਰਹਿ ਰਿਹਾ ਸੀ, ਉਹ ਸਾਰੇ ਪਿਛਲੇ ਪਾਸੇ, ਇੱਧਰਲੇ ਪਾਸੇ ਸਮੁੰਦਰੀ ਹਾਲ ਦੇ ਵਿੱਚ ਸੰਤ ਲੌਂਗੋਵਾਲ ਰਹਿ ਰਿਹਾ ਸੀਗਾ। ਸੰਤ ਲੌਂਗੋਵਾਲ ਮੋਰਚੇ ਦਾ ਡਿਕਟੇਟਰ ਸੀ, ਅਕਾਲੀ ਦਲ ਦਾ ਉਸ ਵੇਲੇ ਪ੍ਰਧਾਨ ਸੀ, ਮੋਰਚਾ ਉਹਦੀ ਸਰਪ੍ਰਸਤੀ ਥੱਲੇ ਚੱਲ ਰਿਹਾ ਸੀ। ਮੋਰਚਾ ਚੱਲਦੇ ਨੂੰ 2 ਸਾਲ ਹੋ ਗਏ ਸੀ, 3 ਲੱਖ ਦੇ ਨੇੜ ਤੇੜੇ ਉੱਥੇ ਗ੍ਰਿਫਤਾਰੀਆਂ ਲੋਕਾਂ ਨੇ ਦੇ ਦਿੱਤੀਆਂ ਸੀ ਇਹਦੇ ਵਿੱਚ, ਪਰ ਮੰਗਾਂ ਉੱਤੇ ਕੋਈ ਗੱਲ ਨਹੀਂ ਸੀ ਹੋ ਰਹੀ, ਮੰਗਾਂ ਦੀਆਂ ਗੱਲਾਂ ਪਿੱਛੇ ਹਟ ਗਿਆ ਸੀ। ਹੁਣ ਇਹ ਸੀ ਵੀ ਇਹ ਹੁਣ ਬਸ ਸ਼ੋਅ ਡਾਊਨ ਹੀ ਹੋਏਗਾ, ਅਤੇ ਹੁਣ ਇਹ ਬਸ ਅਖੀਰਲਾ ਇੱਕ ਧਮਾਕਾ ਹੀ ਹੋਣਾ। ਉਹ ਧਮਾਕੇ ਦੀ ਲੀਕ 'ਚ ਉਸ ਦਿਨ ਅਸੀਂ ਅਸੀਂ ਕੀ ਹੋਰ ਵੀ ਸਾਰਾ ਸ਼ਹਿਰ ਦੇ ਲੋਕ ਬੈਠੇ ਸੀ, ਆਪੋ ਆਪਣੇ ਘਰਾਂ 'ਚ ਬੈਠੇ। ਅਤੇ ਤੁਹਾਡੀ ਅੰਦਰ ਸੰਤ ਲੌਂਗੋਵਾਲ ਜਾਂ ਸੰਤ ਭਿੰਡਰਾਂ ਵਾਲੇ ਨਾਲ ਕੋਈ ਗੱਲਬਾਤ ਹੋਈ ਆਖਰੀ ਵਾਰ ਜਦੋਂ ਤੁਸੀਂ ਉੱਥੇ ਅੰਦਰ ਗਏ?
ਆਖਰੀ ਵਾਰ ਸਾਡੀ ਦੋਨਾਂ ਕੈਂਪਾਂ 'ਚ ਇਹ ਹੋਈ ਵੀ ਸੰਤ ਭਿੰਡਰਾਂ ਵਾਲਾ ਤਾਂ ਇਹ ਕਹਿੰਦਾ ਸੀ ਬਸ ਵੀ ਹੁਣ ਅਖੀਰਲਾ ਮੌਕਾ ਅਸੀਂ ਸ਼ਹੀਦੀਆਂ ਪਾ ਜਾਣੀਆਂ, ਉਹ ਇਹ ਕਹਿ ਰਿਹਾ ਸੀਗਾ ਸਾਰਾ, ਉਹਦੇ ਬੰਦੇ ਕਹਿ ਰਹੇ ਸੀ। ਲੌਂਗੋਵਾਲ ਵਾਲੇ ਪਾਸੇ ਗਏ ਤਾਂ ਫਿਰ ਉਹਨਾਂ ਦੀਆਂ ਜਿਸ ਤਰੀਕੇ ਦੀ ਸਿਆਸੀ ਮੰਗਾਂ ਹੁੰਦੀਆਂ ਉਹ ਆਪਣੀਆਂ ਸਿਆਸੀ ਮੰਗਾਂ 'ਤੇ ਗੱਲਬਾਤ ਕਰ ਰਹੇ ਸੀ ਸਾਰੇ ਦੋਨੋਂ ਪਾਸੇ। ਦੋਨਾਂ ਦੇ ਪਰਸੈਪਸ਼ਨ ਦਾ ਬਹੁਤ ਡਿਫਰੈਂਸ ਸੀ ਆਪਸ ਵਿੱਚ ਦੀ, ਅਤੇ ਇਸ ਕਰਕੇ ਦੋਨਾਂ ਦੀ ਗੱਲਬਾਤ ਦਾ ਹੀ ਫਰਕ ਸੀਗਾ ਅਤੇ ਦੋਨਾਂ ਨੂੰ ਅਸੀਂ ਮਿਲੇ ਸਾਰੇ। ਅਤੇ ਸਰ ਇਹ ਦੋ ਜੋ ਮੋਰਚੇ ਅੱਡ ਅੱਡ ਸੀ ਉਹ ਇਕੱਠੇ ਕਿਵੇਂ ਹੋਏ? ਕਿਉਂਕਿ ਇੱਕ ਮੋਰਚੇ ਦੀਆਂ ਸੰਤ ਲੌਂਗੋਵਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿਆਸੀ ਮੰਗਾਂ ਸੀ, ਅਤੇ ਸੰਤ ਭਿੰਡਰਾਂ ਵਾਲੇ ਦੀਆਂ ਮੰਗਾਂ ਜੋ ਸੀ ਉਹ ਅਲੱਗ ਸੀ, ਇਹ ਦੋਵੇਂ ਇਕੱਠੇ ਕਿਵੇਂ ਹੋਏ? ਵੇਖੋ ਇਹ ਮੋਰਚਾ 4 ਮਾਰਚ 1982 ਨੂੰ ਮੋਰਚਾ ਲੱਗਿਆ ਜੀ। ਉਸ ਮੋਰਚੇ ਤੋਂ ਪਹਿਲਾਂ ਸੰਤ ਭਿੰਡਰਾਂ ਵਾਲੇ ਦੇ ਕੁਛ ਬੰਦੇ ਫੜ ਲਏ ਗਏ ਸੀ ਪੁਲਿਸ ਨੇ, ਅਤੇ ਉਹਨਾਂ ਨੂੰ ਛਡਾਉਣ ਲਈ ਉਸਨੇ ਉੱਥੇ ਦਰਬਾਰ ਸਾਹਿਬ ਆ ਕੇ ਗੋਲਡਨ ਟੈਂਪਲ ਤੋਂ ਹੀ ਮੋਰਚਾ ਲਾਇਆ ਹੋਇਆ ਸੀ, ਉਹ ਚੱਲ ਰਿਹਾ ਸੀ ਕਈ ਦਿਨਾਂ ਦਾ। ਉੱਧਰ ਫਿਰ ਕਪੂਰੀ ਦਾ ਜਿਵੇਂ ਅਸੀਂ SYL ਦਾ ਪਾਣੀ ਨਹੀਂ ਦੇਣਾ, ਸਾਡੇ ਦਰਿਆਵਾਂ ਦਾ ਪਾਣੀ ਅਸੀਂ ਇਹ ਨਹੀਂ SYL ਪੱਟਣ ਨਹੀਂ ਦੇਣੀ, ਇਹਦੇ ਵਿਰੁੱਧ ਕਪੂਰੀ ਦਾ ਮੋਰਚਾ ਜਿੱਥੇ ਆ ਕੇ ਇੰਦਰਾ ਗਾਂਧੀ ਨੇ ਨਹਿਰ ਦਾ ਇਨੈਗੂਰੇਸ਼ਨ ਕੀਤਾ ਸੀ, ਸ਼ੁਰੂਆਤ ਕੀਤੀ ਸੀ, ਉਸ ਦੇ ਵਿਰੁੱਧ ਮੋਰਚਾ ਅਕਾਲੀ ਦਲ ਨੇ ਲਾਇਆ ਸੀ। ਅਖੀਰ ਫਿਰ ਇਹ ਦੋਨੋਂ ਮੋਰਚੇ ਇਕੱਠੇ ਕਰ ਲਏ ਗਏ। ਮੋਰਚੇ ਦੋਨੋਂ ਇਕੱਠੇ ਹੋਣ ਤੋਂ ਬਾਅਦ ਫਿਰ ਸਾਂਝੀ ਇੱਕ ਕਮੇਟੀ ਬਣ ਗਈ, ਸਾਂਝੀ ਕਮੇਟੀ ਨੇ ਫੈਸਲਾ ਕਰ ਲਿਆ ਵੀ ਇਹਨਾਂ ਮੰਗਾਂ 'ਤੇ ਅਸੀਂ ਮੋਰਚਾ ਲਾਵਾਂਗੇ। ਉਹਦੇ 'ਚ ਮੁੱਖ ਮੰਗ ਸੀ, ਜਿਹੜਾ ਮੁੱਖ ਮੰਗ ਅਸੀਂ ਇਹੀ ਕਹਿ ਸਕਦੇ ਹਾਂ ਵੀ ਅਨੰਦਪੁਰ ਸਾਹਿਬ ਦਾ ਰੈਜੋਲੂਸ਼ਨ ਸੀ, ਅਨੰਦਪੁਰ ਸਾਹਿਬ ਦੇ ਮਤੇ ਉੱਤੇ ਅਸੀਂ ਮੁੱਖ ਮੰਗ ਇਹ ਸੀ, ਮਤਾ ਇਹ ਸੀ ਵੀ ਵੱਧ ਸਟੇਟਾਂ ਨੂੰ ਵੱਧ ਤੋਂ ਵੱਧ ਅਧਿਕਾਰ ਦਿੱਤੇ ਜਾਵੇ। ਅਕਾਲੀ ਦਲ ਇਹ ਮਹਿਸੂਸ ਕਰ ਰਿਹਾ ਸੀ ਉਹਨਾਂ ਦਿਨਾਂ 'ਚ ਵੀ ਸਾਨੂੰ ਇਹ ਸੈਂਟਰ ਸਾਡੀਆਂ ਸਰਕਾਰਾਂ ਤੋੜ ਦਿੰਦਾ ਔਰ ਸਾਨੂੰ ਇੱਥੇ ਰਾਜ ਨਹੀਂ ਕਰਨ ਦਿੱਤਾ, ਜੇ ਅਸੀਂ ਜਿੱਤੇ ਹੋਏ ਇਲੈਕਟਿਡ ਸਰਕਾਰਾਂ ਨੂੰ ਵੀ ਦੇੜ ਦਿੱਤੋ। ਇੰਦਰਾ ਗਾਂਧੀ ਨੇ ਕਈ ਸਰਕਾਰਾਂ ਉਦੋਂ ਡੇਗੀਆਂ ਸੀ, 15-16 ਸਰਕਾਰਾਂ ਸੂਬਿਆਂ ਦੀਆਂ ਉਹਨਾਂ ਡੇਗ ਕੇ ਆਪਣੇ ਰਿਪਲੇਸ ਕੀਤੀਆਂ ਸੀ ਉਹਨੇ, ਅਤੇ ਇਸ ਕਰਕੇ ਇਹ ਚੱਲ ਰਿਹਾ ਸੀ ਸਾਰਾ। ਅਤੇ ਅਨੰਦਪੁਰ ਸਾਹਿਬ ਦਾ ਮਤਾ ਵੀ ਇਹੀ ਹੈ ਵੀ ਪਾਣੀਆਂ ਦਾ ਅਧਿਕਾਰ ਇਸ ਕੋਲ ਆ, ਸੂਬੇ ਕੋਲ ਚਾਹੀਦਾ ਅਤੇ ਸਾਡੇ ਕੋਲ ਵੱਧ ਅਧਿਕਾਰ ਚਾਹੀਦੇ, ਸਾਰੇ ਅਧਿਕਾਰ ਆ ਜਿਹੜੇ ਉਹ ਸੈਂਟਰ ਕੋਲ ਚਲੇ ਗਏ ਆ ਔਰ ਸੈਂਟਰਲਾਈਜੇਸ਼ਨ ਆਫ ਪਾਵਰ ਹੋ ਗਈ ਆ, ਇਹਦਾ ਵਿਰੋਧ ਸਾਰੇ ਅਕਾਲੀ ਕਰ ਰਹੇ ਸੀ। ਸਰ ਸਵਾਲ ਅੱਜ ਵੀ ਬਰਕਰਾਰ ਹੈ ਕਿ ਆਖਿਰ ਸਾਕਾ ਨੀਲਾ ਤਾਰੇ ਦੀ ਨੌਬਤ ਕਿਉਂ ਆਈ? ਕਿਉਂਕਿ ਕਿਹਾ ਇਹ ਵੀ ਜਾਂਦਾ, ਤੁਸੀਂ ਦੱਸ ਸਕਦੇ ਹੋ ਕਿ ਕਹਿੰਦੇ ਵੀ ਸੰਤ ਭਿੰਡਰਾਂ ਵਾਲੇ ਨੂੰ ਬਣਾਉਣ ਵਾਲੀ ਇੰਦਰਾ ਗਾਂਧੀ ਸੀ? ਦੇਖੋ ਇਹ ਅਸੀਂ ਸਿੱਧੇ ਤਰੀਕੇ ਨਾਲ ਇਹ ਕਹਿ ਨਹੀਂ ਸਕਦੇ, ਪਰਸੈਪਸ਼ਨ ਇਹ ਬਣਾਇਆ ਗਿਆ ਲੋਕਾਂ ਦੇ ਵਿੱਚ, ਬਣਾਉਣ ਵਾਲੀ ਇਸ ਕਰਕੇ ਹੈ ਵੀ ਅਕਾਲੀ ਦਲ ਸੀ ਜਿਹੜਾ, ਅਕਾਲੀ ਦਲ ਦੇ ਵਿਰੋਧ ਵਿੱਚ ਪਹਿਲਾਂ ਸੰਤ ਭਿੰਡਰਾਂ ਵਾਲਾ ਸੀ, ਅਕਾਲੀ ਦਲ ਤਾਂ ਦੋਨਾਂ ਦੀ ਸੀ, ਪਰ ਇਹ ਪੋਲੀਟਿਕਸ ਵਿੱਚ ਇਹ ਹੁੰਦਾ ਵੀ ਦੋਨਾਂ ਦਾ ਸਮਝੌਤਾ ਵੀ ਹੋ ਗਿਆ ਸੀ, ਇਕੱਠਾ ਮੋਰਚਾ ਵੀ ਲਾਇਆ ਸੀ, ਪਰ ਹਜੇ ਤੱਕ ਇਹੀ ਕਾਂਗਰਸ ਉਹਨਾਂ ਦਿਨਾਂ ਵਿੱਚ ਰਾਜ ਕਰਦੀ ਸੀ, ਪ੍ਰਚਾਰ ਕਰਦੀ ਰਹੀ ਸੀ ਵੀ ਇਹ ਇੰਦਰਾ ਗਾਂਧੀ ਨੇ ਖੜਾ ਕੀਤਾ ਸੀ ਅਕਾਲੀਆਂ ਦੇ ਵਿਰੁੱਧ। ਸਿਰਫ ਇੱਕੋ ਗੱਲਬਾਤ ਹੈ, ਜੋ SGPC ਦੀ ਇਲੈਕਸ਼ਨ ਹੋਈ ਸੀ ਉਦੋਂ ਅਕਾਲੀ ਦਲ ਦੇ ਕੈਂਡੀਡੇਟ ਦੇ ਵਿਰੁੱਧ ਸੰਤ ਭਿੰਡਰਾਂ ਵਾਲੇ ਨੇ ਆਪਣਾ ਬੰਦਾ ਖੜਾ ਕੀਤਾ ਸੀ, ਫਿਰ ਵੀ ਅਕਾਲੀ ਦਲ ਕੋਲ ਰਾਜ ਸੀ, ਉਹ ਜਿੱਤ ਗਿਆ ਸੀ। ਉਮਰਾ ਨੰਗਲ ਉਹਨਾਂ ਵਿੱਚ ਵੱਡਾ ਹੁੰਦਾ ਸੀ ਲੀਡਰ, ਉਹ ਜਿੱਤ ਗਿਆ ਸੀ, ਭਾਈ ਅਮਰੀਕ ਸਿੰਘ ਹਾਰ ਗਿਆ ਸੀ। ਬਸ ਇਹੀ ਇੱਕ ਇੰਸੀਡੈਂਟ ਹੈ ਜਿਹਦੇ ਤੋਂ ਗਾਹਾਂ ਦੀ ਗਾਹਾਂ ਡਰਾਈਵ ਕਰਦੇ ਆਏ ਆ ਫੈਸਲਾ ਕਰ ਵਿੱਚੋਂ ਉਹਦੇ 'ਚੋਂ ਕੱਢਦੇ ਆਉਂਦੇ ਆ ਗੱਲ ਨੂੰ, ਪਰ ਇਹ ਤੋਂ ਪਿੱਛੋਂ ਸਮਝੌਤਾ ਹੋ ਗਿਆ ਸੀ ਅਤੇ ਸਮਝੌਤੇ ਦੇ ਵਿੱਚ ਇਕੱਠੇ ਹੋ ਕੇ ਮੋਰਚਾ ਲਾਇਆ ਸੀ। ਮੋਰਚੇ ਦੇ ਬਾਅਦ ਜਿਹੜੀ ਗੱਲ ਹੋਈ ਜਿੱਥੋਂ ਲੋਕ ਫਿਰ ਕਹਿਣ ਲੱਗੇ ਉਹ ਇਹ ਸੀ ਵੀ ਭਿੰਡਰਾਂਵਾਲ ਸੰਤ ਲੌਂਗੋਵਾਲ ਜਿਹੜਾ ਸੀ ਉਹ ਮੋਰਚੇ ਵਿੱਚੋਂ ਕਿਸੇ ਇੱਕ ਚਰਮ ਸੀਮਾ 'ਤੇ ਲਿਜਾ ਕੇ ਵਾਪਸ ਲਿਆਉਣਾ ਚਾਹੁੰਦਾ ਸੀ, ਵਿਡਰਾ ਕਰਨਾ ਚਾਹੁੰਦਾ ਸੀ। ਉਦੋਂ ਉਹ ਸੰਤ ਭਿੰਡਰਾਂ ਵਾਲਾ ਕਹਿੰਦਾ ਸੀ ਅਸੀਂ ਹੁਣ ਆਰ ਪਾਰ ਦੀ ਲੜਾਈ ਲੜਨੀ, ਅਸੀਂ ਵਾਪਸ ਨਹੀਂ ਹੋਣ ਦੇਣਾ।
ਇਸ ਕਰਕੇ ਦੋਨੋਂ ਵਾਪਸ ਹੋ ਹੀ ਨਹੀਂ ਸਕਿਆ ਮੋਰਚਾ। ਇੰਦਰਾ ਗਾਂਧੀ ਨੇ ਸੰਤ ਲੌਂਗੋਵਾਲ ਅਤੇ ਹੋਰ ਲੀਡਰਾਂ ਨਾਲ, ਸੰਤ ਲੌਂਗੋਵਾਲ ਦੇ ਲੀਡਰ ਬਾਦਲ, ਟੌੜਾ, ਬਰਨਾਲਾ, ਇਹਨਾਂ ਨਾਲ ਲਗਾਤਾਰ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰੱਖਿਆ ਸਮਝੌਤੇ ਦਾ, ਪਰ ਅੰਦਰੋਂ ਅੰਦਰ ਹੀ ਫੌਜ ਦੀ ਤਿਆਰੀ ਵੀ ਕਰਦੇ ਰਹੇ ਹਮਲੇ ਦੀ। ਦੋਗਲੀ ਨੀਤੀ, ਦੋਗਲੀ ਨੀਤੀ ਨਾ ਕਹੋ, ਸਰਕਾਰਾਂ ਸਾਰੀਆਂ ਹੀ ਕਰਦੀਆਂ। ਸਰਕਾਰਾਂ ਨੂੰ ਇਹ ਹੁੰਦਾ ਵੀ ਆਹ ਆਪਸ਼ਨ ਜੇ ਨਾ ਚੱਲ ਸਕੀ ਤਾਂ ਅਸੀਂ ਆਹ ਆਪਸ਼ਨ ਵਰਤਾਂਗੇ। ਕਈ ਕਈ ਆਪਸ਼ਨਾਂ ਬਣਾਈਆਂ ਜਾਂਦੀਆਂ, ਇਹ ਤਾਂ ਜਿਹੜਾ ਸਿਆਸਤ 'ਚ ਅਸੀਂ ਨਹੀਂ ਗੱਲ ਕਹਿ ਸਕਦੇ, ਪਰ ਇਹ ਸਾਰੀਆਂ ਆਪਸ਼ਨਾਂ ਹੁੰਦੀਆਂ ਵੀ ਜੇ ਸਮਝੌਤਾ ਫੇਲ ਹੁੰਦਾ ਤਾਂ ਆਹ ਆਪਸ਼ਨ ਲਾਵਾਂਗੇ। ਇਸ ਕਰਕੇ ਅਸੀਂ ਨੀਤੀ ਦੋਗਲੀ ਨਾ ਕਹੀਏ, ਅਸੀਂ ਇਹ ਕਹਿ ਦਈਏ ਵੀ ਹਰੇਕ ਸਰਕਾਰ ਕਈ ਕਈ ਨੀਤੀਆਂ ਬਣਾ ਕੇ ਰੱਖ। ਫਿਰ ਇਹ ਨੌਬਤ ਕਿਉਂ ਆਈ, ਮਤਲਬ ਕਿ ਅਟੈਕ ਕਰਵਾਇਆ ਗਿਆ ਆਰਮੀ ਵੱਲੋਂ, ਇੱਥੋਂ ਤੱਕ ਨੌਬਤ ਕਿਉਂ ਪਹੁੰਚੀ? ਕੀ ਡਰ ਸੀ ਕੋਈ ਇੰਦਰਾ ਗਾਂਧੀ ਦੇ ਦਿਲ ਦੇ ਵਿੱਚ? ਕੋਈ ਡਰ ਨਹੀਂ ਸੀ। ਇੰਦਰਾ ਗਾਂਧੀ ਦੀ ਇੱਕ ਖਾਸ ਕਿਸਮ ਦੀ ਪੋਲੀਟਿਕਸ ਸੀ ਕਿ ਉਸਨੇ ਬੜੇ ਜ਼ੋਰ ਨਾਲ ਪੋਲੀਟਿਕਸ ਕਰਨਾ, ਜਿਵੇਂ ਹੁਣ ਉਹ ਬੰਗਲਾਦੇਸ਼ ਬਣਾ ਕੇ ਪਾਕਿਸਤਾਨ ਦੇ ਵਿੱਚ ਨਾਲ ਵੱਖਰਾ ਕਰਤਾ ਸੀ, ਉਹ ਸਾਰਾ ਉਹ ਬਹੁਤ ਵੱਡੇ ਜ਼ੋਰ ਨਾਲ ਜਦੋਂ ਕੀਤਾ ਸਾਰਾ ਕੁਛ, ਉਦੋਂ ਪਿੱਛੋਂ ਉਹ ਬਹੁਤ ਵੱਡਾ ਲੀਡਰ ਦੇ ਲੈਵਲ 'ਤੇ ਉੱਭਰ ਆਈ ਸੀ, ਇਲੈਕਸ਼ਨ ਜਿੱਤ ਗਈ ਸੀ, ਅਤੇ ਉਹਦਾ ਹਮੇਸ਼ਾ ਸਟਾਈਲ ਸੀ ਕਿ ਬੜਾ ਜ਼ੋਰ ਨਾਲ ਹਰ ਗੱਲ ਨੂੰ ਕਰਕੇ ਦਿਖਾਉਣਾ, ਲੋਕਾਂ ਨੂੰ ਇਹ ਪਰਸੈਪਸ਼ਨ ਦਿਖਾਉਣਾ ਵੀ ਬੜੀ ਸਟਰੋਂਗ ਲੀਡਰ ਹੈ। ਉਹ ਸਟਰੋਂਗ ਲੀਡਰ ਲੈਵਲ 'ਤੇ ਦਿਖਾਉਣਾ ਚਾਹੁੰਦੀ ਸੀ। ਇੱਥੇ ਉਹਨਾਂ ਨੂੰ ਤਾਂ ਜ਼ਿਆਦਾ ਫੋਰਸ ਕਰਨੀ ਪਈ ਕਿ ਇਹਦੇ ਪਿੱਛੇ ਲੌਂਗ ਟਰਮ ਪੋਲਿਸੀ ਜਿਹੜੀ ਇੰਡੀਅਨ ਸਟੇਟ ਦੀ ਸੀ ਵੀ ਇਹਨਾਂ ਨੂੰ ਅਸੀਂ ਇੱਕ ਤਰੀਕੇ ਨਾਲ ਹੁਣ ਇੱਕ ਦਿਖਾਈ ਦੇਈਏ ਵੀ ਵਾਰੀ ਵਾਰੀ ਇਹ ਮੋਰਚੇ ਲਾਉਂਦੇ ਆ ਅਕਾਲੀ ਦਲ ਵਾਲੇ, ਸਿੱਖ ਇਸ ਕਿਸਮ ਦਾ ਐਜੀਟੇਟ ਕਰਦੇ ਆ ਵੀ ਐਤਕੀ ਲਾਸਟ ਅਖੀਰ ਲਾਸ ਇਹਨਾਂ ਨੂੰ ਡਰਾ ਦਈਏ, ਧਮਕਾ ਦਈਏ। ਹਰੇਕ ਸਰਕਾਰਾਂ ਕਰਦੀਆਂ, ਕ੍ਰਸ਼ ਕਰਦੀਆਂ। ਹੁਣ ਜਿਸ ਤਰੀਕੇ ਨਾਲ ਕਸ਼ਮੀਰ ਦੇ ਵਿੱਚ ਵੀ ਹੁਣ 5 ਲੱਖ ਫੌਜ ਬੈਠੀ ਬੈਠੀ ਹੈ, ਨੌਰਥ ਈਸਟ ਵਿੱਚ ਵੀ ਉਹਨਾਂ ਨੇ ਨਾਗਾਲੈਂਡ ਉੱਤੇ ਇਹੋ ਜਿਹੇ ਵੱਡੇ ਵੱਡੇ ਕਦਮ ਕੀਤੇ ਆ, ਛੋਟੀ ਜਿਹੀ ਗੱਲ ਉੱਤੇ ਵੱਡਾ ਫੋਰਸ ਕਰਕੇ ਦਿਖਾਵਾ ਕਰਨਾ, ਇਹ ਸਰਕਾਰਾਂ ਸਾਹਿਬ ਕਰਦੀਆਂ ਮੌਕੇ ਦੀਆਂ, ਅਤੇ ਇਹੀ ਇੱਥੇ ਕੀਤਾ ਗਿਆ। ਉਹਦੇ ਰਿਜ਼ਲਟ ਕੀ ਨਿਕਲੇ ਇਹ ਕਈ ਵਾਰੀ ਐਕਸਪੈਕਟ ਕੀਤਾ ਨਹੀਂ ਜਾਂਦਾ, ਕਿਸੇ ਨੇ ਸੋਚਿਆ ਨਹੀਂ ਸੀ ਵੀ ਇੰਦਰਾ ਗਾਂਧੀ ਦਾ ਇਹਦੇ 'ਚੋਂ ਕਤਲ ਨਿਕਲਿਆ, ਅਤੇ ਇਸ ਕਰਕੇ ਉਹਦੇ 'ਚੋਂ ਉਹਦਾ ਕਤਲ ਵੀ ਨਿਕਲਿਆ, ਅਸੈਸੀਨੇਸ਼ਨ ਵੀ ਨਿਕਲੀ। ਸਰ, ਇੱਕ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਕਿਵੇਂ ਵੇਖਦੇ ਹੋ ਕਿ ਸਾਕਾ ਨੀਲਾ ਤਾਰਾ ਨੂੰ ਰੋਕਿਆ ਜਾ ਸਕਦਾ ਸੀ? ਵੇਖੋ, ਰੋਕਿਆ ਮੈਂ ਅੱਜ ਦੇ ਹਾਲਾਤ ਦੇ ਮੁਤਾਬਕ ਤਾਂ ਮੈਨੂੰ ਲੱਗਦਾ ਨਹੀਂ ਸੀ ਰੋਕਿਆ ਜਾ ਨਾ ਸਕਦਾ, ਕਿਉਂਕਿ ਉਹੀ ਪੋਲਿਸੀ ਚੱਲ ਰਹੀ ਆ ਹਜੇ ਤੱਕ ਵੀ ਸਾਰਾ ਜਿੱਥੇ ਵੀ ਕੋਈ ਦੇਸ਼ ਦੇ ਵਿੱਚ ਕੋਈ ਫੋਰਸ ਰੜਕਦੀ ਹੈ ਸਿਆਸੀ ਲੈਵਲ 'ਤੇ, ਥੋੜ੍ਹਾ ਅੜਿੱਕਾ ਬਣਦੀ ਹੈ ਵੱਡਾ ਮਜ਼ਬੂਤ ਨੇਸ਼ਨ ਤਿਆਰ ਕਰਨ ਲਈ। ਨੇਸ਼ਨ ਦਾ ਠੀਕ ਹੈ, ਨੇਸ਼ਨ ਦਾ ਜਿਹੜਾ ਧੁਰਾ ਉਹ ਭਾਵੇਂ ਉਹਨਾਂ ਨੇ ਹਿੰਦੂ ਕਲਚਰ ਅਤੇ ਹਿੰਦੂ ਰਿਲੀਜਨ ਬਣਾ ਤਾ, ਅੱਜ ਬਣ ਗਿਆ, ਉਦੋਂ ਲੁਕਵੇਂ ਰੂਪ ਸੀਗਾ। ਇਸ ਕਰਕੇ ਉਹਨਾਂ ਨੇ ਫਿਰ ਇਹ ਜਿਹੜੇ ਵੀ ਡਾਈਸੈਂਟਿੰਗ ਫੋਰਸ ਸੀਗੀਆਂ, ਵਿਰੋਧ ਕਰਦੀਆਂ ਸੀ, ਉਹਨਾਂ ਨੂੰ ਸਪਰੈਸ ਕਰਨ ਦੀ ਪੋਲਿਸੀ ਇਹ 70-72 ਸਾਲ ਦੀ ਚੱਲ ਰਹੀ ਹੈ। ਸਰ, ਉਦੋਂ ਮੰਦਰਾਂ ਦੇ ਵਿੱਚ ਵੀ ਗਊ ਦੀਆਂ ਪੁੱਛਾਂ ਗੇਰੀਆਂ ਗਈਆਂ ਜਾਂ ਸਿੱਖਾਂ ਅਤੇ ਹਿੰਦੂਆਂ ਨੂੰ ਲੜਵਾਉਣ ਦੀ ਬਹੁਤ ਸਾਜ਼ਿਸ਼ ਹੋਈ, ਕੀ ਇਹ ਸਿਆਸੀ ਸਾਜ਼ਿਸ਼ ਸੀ? ਇਹ ਸਾਰੀ ਸਿਆਸੀ ਸਾਜ਼ਿਸ਼ ਹੁੰਦੀ ਹੈ, ਸਾਰੀ ਸਿਆਸੀ ਸਾਜ਼ਿਸ਼ ਕੀਤੀ ਗਈ। ਕਿਤੇ ਦਰਬਾਰ ਸਾਹਿਬ ਦੇ ਨੇੜੇ ਇੱਕ ਛੋਟਾ ਜਿਹਾ ਮੰਦਰ ਸੀ, ਅਤੇ ਉਹ ਮੰਦਰ ਦੇ ਵਿੱਚ ਗਲੀ ਦੇ ਵਿੱਚ ਉਹਦੇ ਵਿੱਚ ਗਊ ਦੀ ਪੂਛ ਲਿਜਾ ਕੇ ਸਟਵਾਈ ਗਈ ਕਿਸੇ ਵੇਲੇ। ਇਹ ਸਾਰੀਆਂ ਸਾਜ਼ਿਸ਼ਾਂ ਹੁੰਦੀਆਂ, ਜਾਂ ਹਿੰਦੂ ਪੈਸੰਜਰਾਂ ਨੂੰ 2 ਬੱਸਾਂ 'ਚ 2 ਇੰਸੀਡੈਂਟ ਕਰਾ ਕੇ ਐਡਾ ਵੱਡਾ ਮਾਹੌਲ ਸਾਰੇ ਦੇਸ਼ 'ਚ ਇਹ ਪੈਦਾ ਹੋ ਗਿਆ ਵੀ ਅਸੀਂ ਪੰਜਾਬ ਵਿੱਚ ਤਾਂ ਹਿੰਦੂ ਮਾਰੇ ਜਾ ਰਹੇ ਆ, ਅਤੇ ਜਦੋਂ ਕਿ ਹਾਲਾਂਕਿ ਕੋਈ ਇਹੋ ਜਿਹੇ ਇੰਸੀਡੈਂਟ ਨਹੀਂ ਹੋਏ, ਬਾਕੀ ਉਦੋਂ ਬਾਅਦ ਦੀ ਜਿਹੜੀ ਖਾੜਕੂ ਮੂਵਮੈਂਟ ਹੋਈ ਉਹਦੇ ਵਿੱਚ ਕੋਈ ਹੋਇਆ ਇੰਸੀਡੈਂਟ, ਪਰ ਐਂ ਨਹੀਂ ਸੀ ਵੀ ਇੱਥੇ ਮਾਰਿਆ ਜਾ ਰਿਹਾ, ਅਤੇ ਪਰ ਉਹਨਾਂ ਨੇ ਇਹ ਖੜਾ ਕਰਤਾ, ਅਤੇ ਇਸੇ ਕਰਕੇ ਇੰਦਰਾ ਗਾਂਧੀ ਨੂੰ ਸਾਰੇ ਦੇਸ਼ ਵਿੱਚੋਂ ਸਪੋਰਟ ਵੀ ਬੜੀ ਮਿਲੀ।
ਸਪੋਰਟ ਮਿਲੀ ਸਾਰੀ ਉਹਦਾ ਇਹ ਆਪਾਂ ਨੂੰ ਹੁਣ ਨਮੂਨਾ ਹੈਗਾ ਹੀ ਆ ਵੀ ਜਦੋਂ ਇੰਦਰਾ ਗਾਂਧੀ ਦੇ ਕਤਲ ਦੇ ਪਿੱਛੋਂ ਅਸੈਸੀਨੇਸ਼ਨ ਦੇ ਪਿੱਛੋਂ ਉਹ ਜਦੋਂ ਇਲੈਕਸ਼ਨ ਰਾਜੀਵ ਗਾਂਧੀ ਨੇ ਉਸੇ ਸਾਲ 'ਚ ਹੀ ਦਸੰਬਰ 'ਚ ਲੜੀ 84 'ਚ ਤਾਂ ਉਹ 404 ਸੀਟਾਂ ਲੈ ਗਏ ਜਿਹੜਾ ਅੱਜ ਤੱਕ ਕੋਈ ਲਗਾਇਆ ਹੀ ਨਹੀਂ ਮੋਦੀ ਵੀ ਨਹੀਂ ਹਜੇ ਤੱਕ ਲਗਾ ਸਕਿਆ ਅਤੇ ਇਸ ਕਰਕੇ ਇਹ ਸਾਰੇ ਸਿਆਸੀ ਕਾਰਨਾਮੇ ਸੀ ਅਤੇ ਸਿਆਸੀ ਕਾਰਨਾਮਾ ਲਈ ਐਡਾ ਵੱਡਾ ਉਹਨਾਂ ਨੇ ਜ਼ਿਆਦਾ ਜਲਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਪੋਲੀਟਿਕਸ ਵਿੱਚ ਉਹ ਜਲਵਾ ਦਿਖਾਇਆ ਗਿਆ ਸਰ ਕੀ ਕਾਂਗਰਸ ਕਹੀਏ ਜਾਂ ਇੰਦਰਾ ਗਾਂਧੀ ਡਰ ਗਈ ਸੀ ਕਿ ਉਹਨਾਂ ਦੀ ਕੌਮੀ ਸਿਆਸਤ 'ਤੇ ਜੋ ਖੇਤਰੀ ਸਿਆਸਤ ਹੈ ਪੰਜਾਬ ਦੀ ਉਹ ਭਾਰੀ ਪੈ ਰਹੀ ਹੈ ਕੋਈ ਡਰੀ ਨਹੀਂ ਸੀ ਇਹ ਅਸੀਂ ਐਵੇਂ ਕਹਿ ਦਈਏ ਇੰਦਰਾ ਗਾਂਧੀ ਡਰ ਗਈ ਸੀ ਸਾਰਾ ਕੁਛ ਡਰੀ ਨਹੀਂ ਸੀ ਉਹ ਸਾਰਾ ਕੰਮ ਆਪਦੀ ਵੱਡੀ ਸਿਆਸਤ ਹਿੰਦੂ ਸਮਾਜ ਨੂੰ ਆਪਦੇ ਪਿੱਛੇ ਇਕੱਠਾ ਕਰਨ ਲਈ ਕੀਤਾ ਅਤੇ ਇਕੱਠਾ ਹੋ ਵੀ ਗਿਆ ਸੀਗਾ ਉਹ ਪ੍ਰਕਿਰਿਆ ਜਿਹੜੀ ਸ਼ੁਰੂ ਹੋਈ ਸੀ ਜਿਹੜੀ ਅੱਜ ਮੋਦੀ ਦੇ ਰੂਪ 'ਚ ਖੜੀ ਆ ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਉਹ ਡਰੀ ਸੀ ਕਿਉਂਕਿ ਡਰ ਨੂੰ ਉਹਦੇ ਕੋਲ ਐਡੀ ਵੱਡੀ ਫੌਜ ਸੀ ਐਡੇ ਵੱਡੇ ਦੇਸ਼ ਦੇ ਵਿੱਚ ਉਹਦਾ ਰਾਜ ਚੱਲਦਾ ਸੀ ਅਤੇ ਸਿੱਖ 2% ਦੀ ਗਿਣਤੀ ਸੀ ਡਰੇ ਡੁਰੇ ਕੋਈ ਗੱਲਬਾਤ ਨਹੀਂ ਸੀ ਨਾ ਹੀ ਸਾਰੇ ਦੇਸ਼ ਦੇ ਵਿੱਚ ਆਹ ਇੱਥੋਂ ਸ਼ੋਅ ਡਾਊਨ ਕਰਨ ਦਾ ਦਰਬਾਰ ਸਾਹਿਬ ਨਾਲ ਕੋਈ ਵੱਡੇ ਦੇਸ਼ ਦੇ ਉੱਤੇ ਫਰਕ ਪਿਆ ਉਹ ਚੱਲਦਾ ਰਿਹਾ ਸਾਰਾ ਉਵੇਂ ਦੀ ਉਵੇਂ ਨਾ ਇਹਨਾਂ ਦੀਆਂ 13 ਸੀਟਾਂ ਦੀ ਉਹ ਪ੍ਰਵਾਹ ਬਹੁਤੀ ਕੱਟ ਕੀਤੀ ਜਾਂਦੀ ਹੈ ਦਿੱਲੀ ਦੇ ਵਿੱਚ ਸਵਾਲ ਇਹ ਹੈ ਵੀ ਉਹਨੇ ਸਾਰਾ ਕੁਛ ਜਾਣ ਬੁੱਝ ਕੇ ਕੀਤਾ ਵੀ ਇੰਨਾ ਕੁ ਕਰਨ ਨਾਲ ਅੰਮ੍ਰਿਤਸਰ ਦੇ ਕਰਨ ਨਾਲ ਸਾਰੇ ਦੇਸ਼ ਉੱਤੇ ਕੋਈ ਫਰਕ ਨਹੀਂ ਪਊ ਪਰ ਮੈਂ ਇੱਕ ਸਟਰੋਂਗ ਲੀਡਰ ਦੇ ਤੌਰ 'ਤੇ ਅਮਰਜ ਹੋ ਜੂੰਗੀ ਉਹ ਹੋ ਵੀ ਗਈ ਸੀ ਤੋ ਇਸ ਕਰਕੇ ਕੈਲਕੂਲੇਟਡ ਅਸੀਂ ਕਹਿ ਸਕਦੇ ਹਾਂ ਇਹ ਸਾਰਾ ਸਰ ਸਵਾਲ ਇੱਕ ਵੀ ਵਾਰ ਵਾਰ ਉੱਠਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਟੈਂਕਾਂ ਤੋਪਾਂ ਦੇ ਨਾਲ ਆਰਮੀ ਗਈ ਬੂਟਾਂ ਦੇ ਨਾਲ ਆਰਮੀ ਗਈ ਸਵਾਲ ਇਹ ਵੀ ਖੜਾ ਹੁੰਦਾ ਹੈ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਪਹਿਲਾਂ ਤੋਂ ਹੀ ਜੋ ਅੰਦਰ ਬੈਠੇ ਸੀ ਚਾਹੇ ਸੰਤ ਭਿੰਡਰਾਂ ਵਾਲੇ ਸੀ ਜਾਂ ਉਹਨਾਂ ਦੇ ਸਾਥੀ ਸੀ ਉਹਨਾਂ ਕੋਲ ਵੀ ਤਾਂ ਹਥਿਆਰ ਮੌਜੂਦ ਸੀ ਫਿਰ ਆਰਮੀ 'ਤੇ ਵਾਰ ਵਾਰ ਸਵਾਲ ਚੁੱਕਣੇ ਕਿਉਂ ਦੇਖੋ ਦੋ ਗੱਲਾਂ ਦਾ ਫਰਕ ਹੈ ਉਹ ਜਿਹੜੇ ਅੰਦਰ ਰਹਿੰਦੇ ਸੀ ਅੰਦਰ ਇੱਕ ਸਿੱਖ ਟ੍ਰੈਡੀਸ਼ਨ ਹੈ ਜਦੋਂ ਦਾ ਅਕਾਲ ਤਖਤ ਦੀ ਸਿਰਜਣਾ ਹੋਈ ਹੈ 1604 ਦੇ ਵਿੱਚ ਉਸ ਵੇਲੇ ਦੀ ਅਕਾਲ ਤਖਤ ਦੀ ਸਿਰਜਣਾ ਦੇ ਵਿੱਚ ਪਹਿਲੀ ਕਾਲ ਹੀ ਗੁਰੂ ਨੇ ਦਿੱਤੀ ਸੀ ਕਿਹਾ ਸੀ ਵੀ ਹਥਿਆਰ ਲੈ ਕੇ ਆਓ ਇੱਥੇ ਹਥਿਆਰ ਵੱਧ ਤੋਂ ਵੱਧ ਇੱਥੇ ਆ ਕੇ ਲਿਆ ਕੇ ਲੋਕ ਸਿੱਖਾਂ ਨੂੰ ਕਿਹਾ ਸੀ ਵੀ ਜਿੰਨੇ ਹਥਿਆਰ ਇਕੱਠੇ ਹੁੰਦੇ ਕਰਕੇ ਲਿਆਓ ਘੋੜੇ ਲਿਆਓ ਸਾਰਾ ਕੁਛ ਲਿਆਓ ਫੌਜ ਤਿਆਰ ਕਰੋ ਉਹਦਾ ਤਾਂ ਸਾਰਾ ਓਰਿਜਨ ਹੀ ਅਕਾਲ ਤਖ਼ਤ ਦਾ ਸਾਰਾ ਇਸ ਹਥਿਆਰਬੰਦੀ ਦੀ ਗੱਲ ਤੋਂ ਸ਼ੁਰੂ ਹੈ ਉਹਨਾਂ ਲਈ ਇਹ ਇੱਕ ਪਰੰਪਰਾ ਹੈ ਇੱਕ ਸਿੱਖਾਂ ਦੇ ਲਈ ਇੱਕ ਗੁਰੂ ਦਾ ਹੁਕਮ ਹੈ ਉਹ ਤਾਂ ਉਸ 'ਤੇ ਕਰਦੇ ਆ ਪਰ ਉਹ ਪੈਰ ਉੱਥੇ ਉਹ ਇਹ ਨਹੀਂ ਹੈ ਵੀ ਜੁੱਤੇ ਲੈ ਕੇ ਜਾਣ ਜਾਂ ਬੇਹਰਮਤੀ ਕਰਨ ਸਾਰੀ ਜਾਂ ਉਸ ਦੀ ਬੇਅਦਬੀ ਕਰਨ ਸਥਾਨ ਦੀ ਉਹ ਆਪਦੇ ਉਸ ਲੈਵਲ ਦੀ ਪੂਜਾ ਵੀ ਕਰਦੇ ਆ ਅਤੇ ਪਰ ਉੱਥੇ ਉਸ ਹਥਿਆਰਾਂ ਨਾਲ ਇਹ ਨਹੀਂ ਸਮਝਦੇ ਵੀ ਹਥਿਆਰਾਂ ਨਾਲ ਜਾ ਕੇ ਇਹਦੀ ਬੇਅਦਬੀ ਹੋ ਗਈ ਥਾਂ ਦੀ ਹਥਿਆਰ ਤਾਂ ਉਹਦਾ ਹਿੱਸਾ ਉਹਦੀ ਸ਼ੁਰੂਆਤ ਦਾ ਸਿਰਜਣਾ ਦਾ ਹਿੱਸਾ ਅਕਾਲ ਤਖ਼ਤ ਦੀ ਦਾ ਇਸ ਕਰਕੇ ਇਹ ਆਮ ਬਹੁਤ ਪਤਾ ਨਹੀਂ ਹੈ ਇਸੇ ਕਰਕੇ ਇੱਕ ਮੰਦਰ ਅਤੇ ਗੁਰਦੁਆਰੇ ਵਿੱਚ ਇਹ ਫਰਕ ਹੈ ਗੁਰਦੁਆਰੇ ਵਿੱਚ ਸਿੱਖ ਸਿਆਸਤ ਜਾਂ ਹਥਿਆਰ ਉਹਦਾ ਪਾਲਟ ਹੈ ਹਿੱਸਾ ਮੰਦਰ ਦੇ ਨਾਲੋਂ ਇੱਕ ਸਿਆਸਤ ਟੁੱਟੀ ਹੋਈ ਹੈ ਉਹ ਮੰਦਰ ਇੱਕ ਪੂਜਾ ਸਥਾਨ ਹੈ ਇਕੱਲਾ ਇਹ ਦੋਨਾਂ 'ਚ ਇਹ ਫਰਕ ਹੈ ਇੱਕ ਪੂਜਾ ਸਥਾਨ ਦਾ ਫਰਕ ਹੈ ਉਹ ਪੂਜਾ ਸਥਾਨ ਵੱਖਰੇ ਕਿਸਮ ਦਾ ਵੱਖਰੇ ਕਿਸਮ ਦਾ ਇਸ ਕਰਕੇ ਬਹੁ ਗਿਣਤੀ ਸਾਡੇ ਇੰਡੀਅਨ ਨੂੰ ਦੇ ਨੂੰ ਇਹ ਗੱਲ ਬੜੀ ਅੱਖੜਦੀ ਰਹਿੰਦੀ ਹੈ ਵੀ ਇਹ ਕਿਵੇਂ ਹੋਇਆ ਉੱਥੇ ਸਾਰਾ ਕੁਛ ਕਿਵੇਂ ਜਾ ਵੜਿਆ ਇਹ ਹਜੇ ਵੀ ਬਹੁਤੀ ਕਲੀਅਰ ਨਹੀਂ ਹੈ ਲੋਕਾਂ ਸਰ ਇੱਕ ਸਵਾਲ ਇਹ ਵੀ ਹੈ ਕਿ ਉੱਥੋਂ ਜੋ ਲੋਕ ਮਾਰੇ ਗਏ ਜੋ ਸ਼ਹੀਦ ਹੋਏ ਸਿੱਖ ਕੋਈ ਅੰਕੜਾ ਸਰਕਾਰ ਵੱਲੋਂ ਤਿਆਰ ਨਹੀਂ ਕੀਤਾ ਗਿਆ ਅੱਜ ਤੱਕ ਵੇਖੋ ਸਰਕਾਰ ਨੇ ਜਸਟੀਫਾਈ ਕੀਤਾ ਵੀ ਸਾਨੂੰ ਅਸੀਂ ਉੱਥੇ ਜੇ ਨਾ ਕਰਦੇ ਅਸੀਂ ਉੱਥੇ ਹਥਿਆਰ ਹਮਲਾ ਨਾ ਕਰਦੇ ਫੌਜ ਨਾ ਭੇਜਦੇ ਤਾਂ ਪਤਾ ਨਹੀਂ ਇਹ ਤੋੜ ਕੇ ਪਾਕਿਸਤਾਨ ਨਾਲ ਰਲਾ ਜਾਂਦੇ ਫਲਾਨੇ ਕਰ ਦਿੰਦੇ ਇਹ ਜਿਹਾ ਮਾ ਅਤੇ ਉਹ ਆਪਦੀ ਜਸਟੀਫਾਈ ਕਰ ਬੈਠੇ ਉਹ ਜਸਟੀਫਾਈ ਕਰਨ ਦੇ ਵਿੱਚ ਉਹ ਕਿਉਂ ਇਹ ਗਿਣਤੀਆਂ ਮਿਣਤੀਆਂ 'ਚ ਪੈਣ ਵੀ ਇੰਨੇ ਮਾਰੇ ਗਏ ਇੰਨੇ ਹੋ ਗਏ ਆ
ਇਹ ਤਾਂ ਹੁਣ ਜਿੰਨੇ ਜਿਹੜੇ ਮਾਰੇ ਗਏ ਉਹ ਗਿਣਤੀਆਂ ਮਿਣਤੀਆਂ ਕਰਨ ਤੇ ਤੁਹਾਡੇ ਹਿਸਾਬ ਨਾਲ ਕਿਉਂਕਿ ਤੁਸੀਂ ਗਏ ਸੀ ਉੱਥੇ ਕਿੰਨੇ ਕੁ ਲੋਕ ਉੱਥੇ ਮਾਰੇ ਗਏ ਹੋਣਗੇ? ਵੇਖੋ ਹਜੇ ਤੱਕ ਨਹੀਂ ਗਿਣਤੀ ਨਹੀਂ, ਜਿਹੜੀ ਆ ਕੱਲ੍ਹ ਗਿਣਤੀ ਰਮੇਸ਼ ਇੰਦਰ ਸਿੰਘ ਨੇ ਦਿੱਤੀ ਹੈ ਵੀ 900 ਸਿਵਲੀਅਨ ਮਾਰਿਆ ਗਿਆ ਉਹਨਾਂ ਲੜਨ ਵਾਲਿਆਂ ਤੋਂ ਇਲਾਵਾ, ਅਤੇ ਮੈਂ ਉਹ ਪਰ ਸਾਡੇ ਵੇਲੇ ਤਾਂ ਇਹ ਚੱਲਦਾ ਸੀ ਵੀ ਅੰਦਰ 2000 ਮਰ ਗਿਆ 3000 ਮਰ ਗਿਆ, ਪਰ ਇਹ ਗਿਣਤੀ ਅੱਜ ਤੱਕ ਨਹੀਂ ਹੋਈ। ਲਿਖਤੀ ਕਿਤਾਬਾਂ ਵਿੱਚ ਉਸ ਵੇਲੇ ਵੀ ਜਿਹੜਾ ਲਿਖਿਆ ਗਿਆ ਵੀ ਉਹਦੇ 'ਚ ਆ ਵੀ 2-3 ਹਜ਼ਾਰ ਬੰਦਾ ਅੰਦਰ ਮਾਰਿਆ ਗਿਆ, ਕਿਉਂਕਿ ਉਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ, ਲੋਕ ਉੱਥੇ ਪੂਜਾ ਪਾਠ ਲਈ ਆਏ ਹੋਏ ਸੀ। ਸਰ, ਕਦੇ ਪੱਤਰਕਾਰ ਹੋਣ ਦੇ ਨਾਤੇ ਤੁਹਾਨੂੰ ਸਰਕਾਰ ਵੱਲੋਂ ਜਾਂ ਫਿਰ ਜੋ ਅੰਦਰ ਮੋਰਚਾ ਲਾ ਕੇ ਬੈਠੇ ਸੀ ਸੰਤ ਲੌਂਗੋਵਾਲ, ਸੰਤ ਭਿੰਡਰਾਂ ਵਾਲੇ, ਉਹਨਾਂ ਵੱਲੋਂ ਕਦੇ ਕੋਈ ਗੱਲ ਕਹੀ ਗਈ ਹੋਵੇ, ਸਾਡਾ ਸੁਨੇਹਾ ਲਾਇਆ ਜਾਵੇ ਜਾਂ ਸਰਕਾਰ ਨੇ ਕਿਹਾ ਹੋਵੇ ਕਿ ਜਾ ਕੇ ਤੁਸੀਂ ਗੱਲ ਕਰੋ, ਸਮਝਾਉਣ ਦੀ ਕੋਸ਼ਿਸ਼ ਕਰੋ? ਦੇਖੋ, ਇਹ ਪੱਤਰਕਾਰ ਦਾ ਮੈਨੂੰ ਨਹੀਂ ਲੱਗਦਾ ਵੀ ਇਸ ਗੱਲ ਦਾ ਕੋਈ ਫਰਜ਼ ਹੁੰਦਾ, ਉਹਨੇ ਰਿਪੋਰਟਿੰਗ ਕਰਨੀ ਹੁੰਦੀ ਹੈ। ਇਸ ਕਿਸਮ ਦੀ ਜਿਹੜੀ ਕੋਈ ਇੰਟਰਮੀਡੀਏਟ ਹੁੰਦਾ ਜਾਂ ਇਹੋ ਜਿਹੀ ਦਲਾਲੀ ਕਰਦਾ, ਉਹ ਖਤਰੇ ਤੋਂ ਖਾਲੀ ਨਹੀਂ ਹੁੰਦਾ, ਅਤੇ ਨਾ ਹੀ ਇਹ ਪੱਤਰਕਾਰੀ ਦਾ ਦਾਇਰੇ 'ਚ ਆਉਂਦਾ ਵੀ ਉਹ ਅੰਦਰ ਸਮਝੌਤੇ ਕਰਾਉਂਦੇ ਫਿਰਨ। ਇਹ ਪੋਲੀਟਿਕਸ ਵਿੱਚ ਬਥੇਰੇ ਬੰਦੇ ਆ ਜਿਹੜੇ ਸਮਝੌਤੇ ਕਰਾਉਂਦੇ ਆ, ਵੱਡੇ ਵੱਡੇ ਉਹਨਾਂ ਦੇ ਪੁਜੀਸ਼ਨਾਂ ਵੀ ਹੁੰਦੀਆਂ, ਪੱਤਰਕਾਰ ਦੀ ਕੋਈ ਪੁਜੀਸ਼ਨ ਨਹੀਂ ਹੁੰਦੀ। ਨਾ ਮੈਨੂੰ ਕਦੇ ਕਿਹਾ ਗਿਆ ਅਤੇ ਨਾ ਅਸੀਂ ਇਸ ਕਿਸਮ ਦੀ ਕੋਈ ਗੱਲ ਕਰਨ ਦੀ ਕਦੇ ਕੋਈ ਜ਼ਰੂਰਤ ਵੀ ਕੀਤੀ ਆ। ਸਰ, ਤੁਸੀਂ ਜਦੋਂ ਆਖਰੀ ਵਾਰ 3 ਜੂਨ ਨੂੰ ਤੁਸੀਂ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਗਏ ਸੀ, ਤੁਸੀਂ ਸਾਰੇ ਜੋ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਮਿਲੇ, ਕੀ ਉਸ ਤੋਂ ਬਾਅਦ ਤੁਸੀਂ ਉਹਨਾਂ ਲੋਕਾਂ ਨੂੰ ਮਿਲੇ ਦੁਬਾਰਾ? ਉਹਨਾਂ 'ਚੋਂ ਬਹੁਤੇ ਬੰਦੇ ਸਾਨੂੰ ਮਿਲੇ ਨਹੀਂ, ਜਿਵੇਂ SGPC ਵਿੱਚ ਰੋਜ਼ ਅਸੀਂ ਜਾਂਦੇ ਹੁੰਦੇ ਸੀ, ਬਹੁਤੇ ਬੰਦੇ ਮਾਰੇ ਵੀ ਗਏ ਅਤੇ ਬਹੁਤ ਬੰਦੇ ਹੈਗੇ ਵੀ ਆ ਜੇਲ੍ਹਾਂ ਜੂਲਾਂ 'ਚੋਂ ਵਾਪਸ ਆਏ, ਕਈ ਬਚ ਵੀ ਗਏ, ਪਰ ਬਹੁਤੇ ਬੰਦੇ ਮਾਰੇ ਗਏ। ਸੰਤ ਭਿੰਡਰਾਂ ਵਾਲੇ ਦੇ ਕੈਂਪ ਦੇ ਬਹੁਤੇ ਬੰਦੇ ਮਾਰੇ ਗਏ ਜਿਹੜੇ ਉਹਨਾਂ ਦੇ ਨਾਲ ਹੁੰਦੇ ਸੀ, ਹਥਿਆਰਬੰਦ ਬੰਦੇ, ਉਹਨਾਂ 'ਚੋਂ ਸਾਨੂੰ ਨਹੀਂ ਕਦੇ ਕੋਈ ਹੁਣ ਦੱਸਿਆ ਬਾਅਦ 'ਚ। ਸਰ, ਮੇਰਾ ਸੈਕਿੰਡ ਲਾਸਟ ਸਵਾਲ, ਕਿਉਂਕਿ ਕਾਫੀ ਸਮਾਂ ਇਹ ਕਿਹਾ ਜਾਂਦਾ ਰਿਹਾ ਕਿ ਸੰਤ ਭਿੰਡਰਾਂ ਵਾਲੇ ਸ਼ਹੀਦ ਨਹੀਂ ਹੋਏ, ਹਲੇ ਉਹ ਜ਼ਿੰਦਾ ਨੇ, ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ? ਉਹ ਜਾਣ ਬੁੱਝ ਕੇ ਕਿਹਾ ਗਿਆ ਸੀ ਜੀ, ਇਹਨੂੰ ਅਸੀਂ ਪਲਾਂਟ ਕਹਿੰਦੇ ਹੁੰਦੇ, ਕੋਈ ਗੱਲ ਫੈਲਾਉਣੀ ਹੁੰਦੀ ਆ, ਕੋਈ ਪ੍ਰਚਾਰ ਕਰਨਾ ਹੁੰਦਾ, ਜਾਂ ਅਸੀਂ ਅੰਗਰੇਜ਼ੀ ਵਿੱਚ ਇਹਨੂੰ ਡਿਸਇਨਫੋਰਮੇਸ਼ਨ ਕਹਿੰਦੇ ਹਾਂ, ਜਾਣ ਕੇ ਕੋਈ ਗੱਲ ਫੈਲਾ ਦੇਣੀ ਹੁੰਦੀ, ਕਿਉਂਕਿ ਤਾਂ ਕਿ ਕੋਈ ਮੌਕੇ 'ਤੇ ਲੋਕ ਭੜਕ ਕੇ ਉੱਠ ਕੇ ਭੜਕ ਕੇ ਕੋਈ ਹੋਰ ਵੱਡਾ ਮੂਵਮੈਂਟ 'ਤੇ ਖੜੀ ਨਾ ਕਰ ਦੇਣ। ਇਸ ਕਰਕੇ ਸਿੱਖਾਂ ਦੀ ਮੂਵਮੈਂਟ ਜੇ ਉਸ ਵੇਲੇ ਸੰਤ ਸ਼ਹੀਦ ਹੋ ਗਿਆ ਇਹ ਗੱਲ ਸਾਹਮਣੇ ਆ ਜਾਂਦੀ ਜਾਂ ਸਾਰਿਆਂ ਨੂੰ ਦੱਸ ਦਿੱਤੇ ਜਾਂਦੇ, ਤਾਂ ਫਿਰ ਇਹ ਹੋ ਸਕਦਾ ਸੀ ਕਿ ਇੱਦੂ ਵੱਡਾ ਜ਼ਿਆਦਾ ਉਠਾ ਬਹੁਤਾ ਜ਼ਿਆਦਾ ਵੱਡੀ ਗੜਬੜ ਹੁੰਦੀ, ਰਿਵੋਲਟ ਹੁੰਦੀ, ਤਾਂ ਫਿਰ ਸਰਕਾਰ ਨੂੰ ਕੰਟਰੋਲ ਕਰਨਾ ਔਖਾ ਹੁੰਦਾ, ਅਤੇ ਇਸ ਕਰਕੇ ਉਹਨਾਂ ਨੇ ਨਾਲ ਦੀ ਨਾਲ ਆਪਣੇ ਏਜੰਸੀਆਂ ਰਾਹੀਂ ਇਹ ਬਹੁਤ ਫੈਲਾਇਆ ਵੀ ਸੰਤ ਬਾਹਰ ਨਿਕਲ ਗਏ, ਪਾਕਿਸਤਾਨ ਚਲੇ ਗਏ, ਅਤੇ ਇੱਥੋਂ ਤੱਕ ਉਹਨਾਂ ਦੇ ਪਰਿਵਾਰ ਨੂੰ ਵੀ ਉਹਨਾਂ ਨੇ ਇਹ ਸਮਝਾਤਾ ਜਾਂ ਕਬਜ਼ੇ 'ਚ ਲੈ ਲਿਆ, ਪਰਿਵਾਰ ਵੀ ਲੰਬਾ ਸਮਾਂ ਇਹ ਕਹਿੰਦਾ ਰਿਹਾ, ਅਤੇ ਇਸ ਕਰਕੇ ਪਰਿਵਾਰ ਤੋਂ ਵੀ ਇਹ ਕਹਾਤਾ, ਅਤੇ ਇਸੇ ਕਰਕੇ ਫਿਰ ਹੌਲੀ ਹੌਲੀ ਸਿਚੁਏਸ਼ਨ ਨੂੰ ਕੰਟਰੋਲ ਕਰ ਲਿਆ ਸਰਕਾਰ ਨੇ। ਅਤੇ ਮੇਰਾ ਆਖਰੀ ਸਵਾਲ ਮੈਂ ਫਿਰ ਦੁਬਾਰਾ ਪੁੱਛਣਾ ਚਾਹਾਂਗਾ, ਕੀ ਰੋਕਿਆ ਜਾ ਸਕਦਾ ਸੀ ਸਾਕਾ ਨੀਲਾ ਤਾਰਾ? ਬਿਲਕੁਲ ਨਹੀਂ, ਮੇਰੇ ਅੱਜ ਦੇ ਮੈਂ 35 ਸਾਲਾਂ ਬਾਅਦ ਕਹਿੰਦਾ ਵੀ ਇਹ ਰੋਕਿਆ ਨਹੀਂ ਸੀ ਜਾਣਾ, ਇਹ ਜਾਣ ਬੁੱਝ ਕੇ ਕੈਲਕੂਲੇਟਡ ਤਰੀਕੇ ਨਾਲ ਕੀਤਾ, ਇਹ ਜਾਣ ਬੁੱਝ ਕੇ ਮਾਹੌਲ ਬਲਿਊ ਸਟਾਰ ਕਰਨ ਦਾ ਪੈਦਾ ਕੀਤਾ ਗਿਆ, ਸਰਕਾਰ ਵੱਲੋਂ ਕੀਤਾ ਗਿਆ, ਇੰਡੀਅਨ ਸਟੇਟ ਵੱਲੋਂ ਕੀਤਾ ਗਿਆ, ਉਸੇ ਦਾ ਹੀ ਵੱਡਾ ਹੱਥ ਹੈ। ਦੂਜੇ ਤਾਂ ਰਿਸੀਵਿੰਗ ਐਂਡ 'ਤੇ ਹੈ ਜਿਹੜੇ ਸਿੱਖ ਸੀਗੇ, ਜਿਹੜਾ ਅਟੈਕਰ ਜਾਂ ਜਿਸ ਲੈਵਲ 'ਤੇ ਜਿਹੜੀ ਕੋਈ ਵੀ ਐਕਟੀਵਿਟੀ ਕਰਨੀ ਹੈ ਇੰਡੀਅਨ ਸਟੇਟ ਨੇ ਕੀਤੀ ਹੈ, ਦਿੱਲੀ ਸਰਕਾਰ ਨੇ ਕੀਤੀ ਹੈ, ਉਹੀ ਵੱਡੀ ਧਿਰ ਹੈ, ਇਹ ਛੋਟੀ ਧਿਰ ਸੀਗੀ। ਇਸ ਕਰਕੇ ਵੱਡੀ ਧਿਰ ਨੇ ਇਹ ਕਰਨਾ ਸੀਗਾ, ਉਹਦੀ ਪਲੈਨ ਦੇ ਵਿੱਚ ਸੀ ਸਾਰਾ ਕੁਛ, ਇਸੇ ਕਰਕੇ ਉਹਦੇ ਉੱਤੇ ਹੁਣ ਮਿੱਟੀ ਪਾ ਦਿੱਤੀ ਗਈ, ਅਤੇ ਸਹੀ ਦੱਸਿਆ ਜਾਂਦਾ ਵੀ ਸਹੀ ਹੋਇਆ ਜੋ ਕੁਛ ਹੋਇਆ, ਅਤੇ ਇਹ ਸਾਰਾ ਕੁਛ ਬੜੀ ਪਲੈਨ ਦੇ ਥੱਲੇ ਹੋਇਆ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਤਾਂ ਇਹਨੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਜੋ ਇਹਨਾਂ ਦਿਨਾਂ ਦੇ ਵਿੱਚ ਅੱਜ ਤੋਂ ਠੀਕ 35 ਸਾਲ ਪਹਿਲਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੀ,
ਦਰਬਾਰ ਸਾਹਿਬ ਦੇ ਵਿੱਚ ਕਿ 3 ਜੂਨ ਨੂੰ ਅਤੇ ਉਹਨਾਂ ਸੰਤਾਂ ਨਾਲ ਮਿਲੇ ਜੋ ਅੰਦਰ ਮੌਜੂਦ ਸੀ, ਉਹਨਾਂ ਲੋਕਾਂ ਨਾਲ ਮਿਲੇ ਜੋ ਅੰਦਰ ਮੌਜੂਦ ਸੀ ਅਟੈਕ ਤੋਂ ਪਹਿਲਾਂ। ਅਤੇ ਜੇ ਇੱਕ ਪੱਤਰਕਾਰ ਦੀ ਗੱਲ ਮੰਨੀਏ ਤਾਂ ਸਾਕਾ ਨੀਲਾ ਤਾਰਾ ਨੂੰ ਰੋਕਣਾ ਨਾਮੁਮਕਿਨ ਸੀ, ਕਿਉਂਕਿ ਇੱਕ ਪਲੈਨਡ ਤਰੀਕੇ ਦੇ ਨਾਲ ਇਹ ਸਭ ਕੁਝ ਰਚਿਆ ਗਿਆ ਸੀ ਤਾਂ ਜੋ ਆਵਾਜ਼ਾਂ ਪੰਜਾਬ ਦੇ ਵਿੱਚੋਂ ਉੱਠ ਰਹੀਆਂ ਸਨ ਉਹਨਾਂ ਨੂੰ ਦਬਾਇਆ ਜਾ ਸਕੇ। ਕੈਮਰਾ ਪਰਸਨ ਸੂਰਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ 1 ਮੋਡਿਊਲ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ, ਹੁਣੇ ਕਾਲ ਕਰੋ ESS ਕੈਨੇਡਾ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।